ਭਜਾਇਆ ਹੁਣ ਜਿਹੜੀ ਹੈ ਸਾਡੇ ਵੋਟਾਂ ਦੇ ਨਾਲ ਹੀ ਚੁਣੀ ਹੋਈ ਸਰਕਾਰ ਹੈ ਜੇ ਸਾਡੇ ਨਾਲ ਧੱਕਾ ਕਰੂਗੀ ਤਾਂ ਅਸੀਂ ਕਦੇ ਵੀ ਸਹਿਣ ਨਹੀਂ ਕਰਾਂਗੇ ਪਹਿਲਾਂ ਤਾਂ ਅਮਨ ਅਮਾਨ ਦੇ ਨਾਲ ਇਹ ਜਿਹੜਾ ਮੋਰਚਾ ਲੱਗਿਆ ਹੋਇਆ ਜਿਹਨਾਂ ਨੂੰ ਚਾਹੀਦਾ ਕਿਸਾਨਾਂ ਦੀਆਂ ਜਿਹੜੀਆਂ ਜੇ ਇਹਨਾਂ ਨੇ ਕਾਨੂੰਨ ਹੱਕ 'ਚ ਬਣਾਇਆ ਇਹ ਕਹਿੰਦੇ ਨੇ ਸਰਕਾਰ ਵਾਲੇ ਸੈਂਟਰ ਸਰਕਾਰ ਮੋਦੀ ਅਤੇ ਜੇ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਰੱਦ ਕਰ ਦੇਣੇ ਚਾਹੀਦੇ ਨੇ ਤਿੰਨੇ ਕਾਨੂੰਨ ਜਿਹੜੇ ਜਲਦੀ ਤੋਂ ਜਲਦੀ ਖਤਮ ਕਰਕੇ ਇੰਨੇ ਜਿਹੜੇ ਵਿਚਾਰੇ ਠੰਡ ਦੇ ਵਿੱਚ ਕਿਸਾਨ ਭਰਾ ਬੈਠੇ ਨੇ ਮਾਈਆਂ ਬੀਬੀਆਂ ਬਜ਼ੁਰਗ ਬੈਠੇ ਨੇ ਇਹਨੂੰ ਤੁਰੰਤ ਰੱਦ ਕਰਕੇ ਦੁਬਾਰਾ ਜਿਹੜਾ ਕਾਨੂੰਨ ਬਿਲਕੁਲ ਕੋਈ ਜ਼ਰੂਰਤ ਨਹੀਂ ਇਹਦੀ ਜਿਵੇਂ ਚੱਲ ਰਿਹਾ ਉਵੇਂ ਹੋਰ ਕੋਈ ਨਵਾਂ ਆਪਦੇ ਇਹਨਾਂ ਦੇ ਹਿਸਾਬ ਮੁਤਾਬਕ ਬਣਾਉਣ ਲੋਕ ਸਰਕਾਰਾਂ ਨੂੰ ਚੁਣਦੇ ਆ ਲੋਕ ਵੱਡੇ ਹੁੰਦੇ ਲੋਕਤੰਤਰ ਨੂੰ ਇਹ ਸਰਕਾਰ ਜਿਹੜਾ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਗਰਭਪੁਰਾ ਨਰਕਾ ਦੁਆਰਾ ਜਾਂ ਤੇ ਬਚ ਕਰ ਚਲੀਏ ਗਰਭ ਘਣੇ ਘਰ ਘਾਲੇ ਪਾਈ ਲੈ ਗਰਭ ਘਰ ਤੋਂ ਜਲੀਏ ਇਹ ਸਦਾ ਨਹੀਂ ਇੱਥੇ ਰਹਿੰਦਾ ਬੰਦਾ ਕਦੇ ਵੀ ਕੋਈ ਇੱਥੇ ਆਪਣੇ ਜੇ ਕੋਈ ਚੰਗੇ ਕੰਮ ਕਰਦਾ ਆਪਾਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਹਾਂ ਬੁੱਢਾ ਦਲ ਦੇ ਮੁਖੀ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਖਾਲਸਾ ਰਾਜ ਲਿਆਂਦਾ ਸੀ ਅਕਾਲੀ ਫੂਲਾ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਜੀ ਅੱਧ ਪਾਲ ਗਿਆ ਜਿਹੜੇ ਚੌਥੇ ਮੁਖੀ ਸੀ ਜਿਹਨਾਂ ਨੇ 19 ਵਾਰੀ ਦਿੱਲੀ ਫਤਿਹ ਜਿਹੜੀ ਹੋਈ ਸੀ ਸਮੁੱਚੇ ਧਰਨੇਦਾਰਾਂ ਦੇ ਨਾਲ ਅਤੇ ਹੁਣ ਵੀ ਇਹ ਖਾਲਸਾ ਜਿਹੜਾ ਇਹ ਨਾ ਸਮਝਣ ਵੀ ਇੰਨੇ ਕੀ ਹੈ ਸਾਰਾ ਹੀ ਸਮੁੱਚਾ ਹਿੰਦੁਸਤਾਨ ਇਹਨਾਂ ਦੀ ਪਿੱਠ 'ਤੇ ਖੜ੍ਹਾ ਹੈ।